ਸਾਡੀ ਡੈਕੋਰੇਸ਼ਨ ਕੰਪਲੀਟ ਆ ਆਲਮੋਸਟ ਸੋ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਨਵੇਂ ਵਲੌਗ ਦੇ ਵਿੱਚ ਅਤੇ ਅੱਜ ਦਰਸ਼ਨ ਦੇ ਵੀਰੇ ਨੇ ਆਉਣਾ ਸੀ ਤਾਂ ਮੈਨੂੰ ਧੱਕੇ ਨਾਲ ਲੈ ਕੇ ਜਾ ਰਹੀ ਆ ਉਸਦੇ ਪਿੰਡ ਅਤੇ ਠੰਡ ਬਹੁਤ ਜ਼ਿਆਦਾ ਬਹੁਤ ਬਹੁਤ ਜ਼ਿਆਦਾ ਵਾ ਅਤੇ ਇਸ ਕਰਕੇ ਹੁਣ ਪਹਿਲਾਂ ਅਸੀਂ ਕੁਛ ਕੁ ਸਮਾਨ ਲੈਣਾ ਸੀਗਾ ਅਤੇ ਪਹਿਲਾਂ ਹੁਣ ਅਸੀਂ ਕੇਕ ਵੈਸੇ ਕੱਲ੍ਹ ਡਿਸਾਈਡ ਕਰ ਚੁੱਕੇ ਸੀਗੇ ਪਰ ਹੁਣ ਥੋੜ੍ਹੇ ਜਿਹੇ ਜਾਣੇ ਵੱਧ ਚੁੱਕੇ ਆ ਇਸ ਲਈ ਅਸੀਂ ਥੋੜ੍ਹਾ ਜਿਹਾ ਹੋਰ ਕੇਕ ਦੇਖਦੇ ਹਾਂ ਵੀ ਜੇ ਸਾਨੂੰ ਪਸੰਦ ਆ ਗਿਆ ਤਾਂ ਪਹਿਲਾਂ ਕੇਕ ਦੇਖਦੇ ਹਾਂ ਪਹਿਲਾਂ ਅਸੀਂ ਚੇਂਜ ਹੋ ਗਿਆ ਸਾਡਾ ਅਸੀਂ ਪਹਿਲਾਂ ਬੁੱਕੇ ਲੈ ਲੈਂਦੇ ਹਾਂ ਬਣਵਾਉਣਾ ਪੈਣਾ ਨਾ ਕਿਉਂਕਿ ਤਾਂ ਪਹਿਲਾਂ ਬੁੱਕੇ ਦੇਖਦੇ ਹਾਂ ਹੈਗਾ ਵਾ ਉਹਨੂੰ ਆਪਾਂ ਕਿੱਦਣ ਕਹਿ ਕੇ ਗਏ ਸੀ ਹੈ ਨਾ ਅੱਜ ਦਾ ਹੀ ਕਿਹਾ ਸੀ ਅਸੀਂ ਕਿਹਾ ਵੀ ਹੋਇਆ ਸੀ ਵੈਸੇ ਪਰ ਹੁਣ ਅਸੀਂ ਦੁਬਾਰੇ ਤੋਂ ਗੱਲ ਕਰਦੇ ਹਾਂ ਪਹਿਲਾਂ ਸੀਗਾ ਮੇਰੇ ਹਿਸਾਬ ਨਾਲ ਇਹ ਆਹਾ ਹੈ ਨਾ ਆਹ ਸੀ ਆਹੀ ਸੀਗਾ ਹੈ ਨਾ ਇੱਥੋਂ ਬੁੱਕੇ ਬਣਵਾਉਣਾ ਸੀ ਕੌਣ ਫੁੱਲਾਂ ਦੇ ਵਿੱਚ ਲੜਕੇ ਦੀਆਂ ਹੀ ਪਾਈਆਂ ਹੋਈਆਂ ਨੇ ਚਲੋ ਬਣਵਾ ਲਾ ਤੂੰ ਦੇਖ ਕਿੰਨੇ ਵਾਲਾ ਹੁਣ ਆਪਾਂ ਹਾਂ ਇੱਥੋਂ ਹੀ ਲੈ ਲਾ ਕੀ ਰਹਿੰਦਾ ਸੀ ਉਹੀ ਲੜੀਆਂ ਜੀਆਂ ਕੀ ਹੁੰਦੇ ਆ ਫਲ ਚੜੀਆਂ ਜੀਆਂ ਨਾਂ ਵੀ ਨਹੀਂ ਪਤਾ ਹੈ ਕਰਟਨ ਨਹੀਂ ਇਹ ਕਰਟਨ ਚੱਲ ਸਾਧੂ ਤੇਰਾ ਹਾਂ ਇੱਕ ਹੀ ਸੀਗਾ ਉਹ ਲਾ ਕੇ ਦੇਖ ਲਿਆ ਸੀ ਉਹਦਾ ਹਾਂ ਠੀਕ ਆ ਕਿੰਨੇ ਦਾ ਅਸੀਂ ਆ ਕੁਛ ਕੁ ਡੈਕੋਰੇਸ਼ਨ ਦਾ ਸਮਾਨ ਰਹਿ ਗਿਆ ਸੀ ਉਹ ਵੀ ਕੰਪਲੀਟ ਹੋ ਗਿਆ ਹਾਂ ਕੀ ਰਹਿ ਗਿਆ ਆਹ ਸ਼ੌਪ ਸੀਗੀ ਦੂਜੇ ਲੈਣਾ ਬੁੱਕੇ ਅਸੀਂ ਬੁੱਕੇ ਲੈ ਲਿਆ ਹੋਇਆ ਚਲੋ ਹੁਣ ਬੁੱਕੇ ਲੈ ਲਿਆ ਅਸੀਂ ਹੁਣ ਅਸੀਂ ਕੇਕ ਲੈ ਲੈਂਦੇ ਹਾਂ ਬਸ ਹੁਣ ਕੇਕ ਰਹਿ ਗਿਆ ਇਕੱਲਾ ਹੈ ਨਾ ਚਲੋ ਖਰਚਾ ਜ਼ਰੂਰੀ ਕੰਮ ਰਹਿ ਜਾਂਦਾ ਫਿਰ ਮੇਰਾ ਹੋਰ ਸ਼ੇਪ ਵਾਲੇ ਨਾ ਲੈ ਤੂੰ ਗੋਲ ਹੀ ਲੈ ਬਸ ਆਹੀ ਨੇ ਵੈਸੇ ਆਉਣਾ ਨਾ ਅੱਧੇ ਗੇੜੇ ਮਾਰ ਉਹ ਪਤਾ ਆਊਗਾ ਆ ਮੇਰੀ ਮਿਹਨਤ ਆ ਵੀਰੇ ਦੀ ਮਿਹਨਤ ਆ ਅੱਛਾ ਉਹ ਕਿਲੋ ਵਾਲਾ ਨਾ ਵੱਡਾ ਵਾ ਹਾਂ ਉਹ ਵੱਡਾ ਵਾ ਉਹੀ ਠੀਕ ਲੱਗੇ ਮੈਨੂੰ ਤਾਂ ਵੀਰੇ ਇਹਦੇ ਵਿੱਚ ਥੋੜੇ ਸੈਂਟਰ ਫਰੂਟ ਦੇ ਪੀਸ ਵੀ ਹਨ ਕੁਛ ਨਾ ਦਿਖਾ ਲਾ ਜੇ ਉਹਨਾਂ ਨੇ ਅੱਛਾ ਓਕੇ ਲੈਣੇ ਤਾਂ ਉਹਨੇ ਆ ਓਏ ਦੇਖ ਲਾ ਸਹੀ ਲੱਗਦੇ ਮੈਨੂੰ ਲੱਗਦਾ ਤੈਨੂੰ ਉਹੀ ਸਹੀ ਲੱਗਣਗੇ ਮਾਰਨੇ ਦਾ ਆ ਦੱਸ ਦੇ ਕਿਹਨਾਂ ਕੋਈ ਕਹਿੰਦੇ ਅਗਰ ਤੁਹਾਨੂੰ ਬਹਿਮ ਆ ਤਾਂ ਤੁਸੀਂ ਆ ਜੀ ਦੇ ਉਹ ਚੱਕਰ ਨਹੀਂ ਮੈਂ ਇੰਨਾ ਹੀ ਉਹੀ ਠੀਕ ਆ ਯਾਰ ਉਹੀ ਠੀਕ ਆ ਵੀਰੇ ਥੈਂਕ ਯੂ ਦੱਸਣ ਲਈ ਹਾਂ ਇੱਥੇ ਹੀ 12:00 ਵਜੇ ਆ ਤਾਂ ਆਪਾਂ ਆ ਹੀ ਠੀਕ ਲੱਗਦਾ ਨਾ ਹਾਂ ਆ ਹੀ ਠੀਕ ਆ ਆ ਵਧੀਆ ਲੱਗਿਆ ਮੈਨੂੰ ਥੋੜਾ ਜ਼ਿਆਦਾ ਨਾ ਫਿਰ ਤੇਰਾ ਨਾਮ ਇਹਦੇ ਤੇ ਹੀ ਰੱਖ ਦੇਣੇ ਥੋੜਾ ਜ਼ਿਆਦਾ ਸੋਹਣਾ ਲਿਖਿਆ ਹੈ ਵੈਸੇ ਚਲੋ ਜੀ ਆਪਾਂ ਕੇਕ ਲੈ ਚੁੱਕੇ ਹਾਂ ਏਡਾ ਵੱਡਾ ਕੇਕ ਆ ਐਂਡ ਹੁਣ ਆਪਾਂ ਚੱਲਦੇ ਹਾਂ ਦਰਸ਼ਨ ਦੇ ਘਰੇ ਇਹ ਅੱਧਾ ਘੰਟਾ ਜਾਣ ਨੂੰ ਲੱਗ ਜੂ ਹਨਾ ਅੱਧਾ ਘੰਟਾ ਜਾਣ ਨੂੰ ਲੱਗ ਜੂ ਚਲੋ ਸਿੱਧੇ ਸਿੱਧੇ ਉੱਥੇ ਜਾ ਕੇ ਮਿਲਦੇ ਹਾਂ ਡੈਕੋਰੇਸ਼ਨ ਕਰਨ ਵਾਲੀ ਪਈ ਆ ਹਜੇ ਨੇ ਰਸ ਮਲਾਈਆਂ ਲੈਣੀਆਂ ਨੇ ਤੇ ਕੇਕ ਹਜੇ ਆਪਾਂ ਕੀਤਾ ਵਾ ਹਜੇ ਡੈਕੋਰੇਸ਼ਨ ਦਾ ਸਮਾਨ ਹੀ ਲੈਣਾ ਹੀ ਫਿਰਦੀ ਆ ਹਜੇ ਇਹਨੇ ਮਠਿਆਈ ਲੈਣੀ ਆ ਤੇ ਹਜੇ ਅਸੀਂ ਹਲਵਾਈ ਦੇ ਜਾਣਾ ਵਾ ਤੇ ਚਲੋ ਦੇਖਦੇ ਆ ਕੀ ਰਹਿ ਗਿਆ
ਮਿਲਦੇ ਆ ਆਪਾਂ ਅਜੂਬਾ ਹੁਣ ਕਿੰਨੇ ਵਾਰੀ ਕਹਿਤਾ ਮੈਂ ਘਰੇ ਜਾ ਕੇ ਮਿਲਦੇ ਆ ਘਰੇ ਜਾ ਕੇ ਮਿਲਦੇ ਆ ਅਜੇ ਅਸੀਂ ਹਲਵਾਈ ਹਜੇ ਤਾਂ ਅਸੀਂ ਰੈਕ ਉਹ ਨਹੀਂ ਮਿਲਦੀ ਆ ਹੁਣ ਅਸੀਂ ਚਲੋ ਤੁਹਾਨੂੰ ਹਲਵਾਈ ਦਿਖਾਉਂਦੇ ਆ ਕਿਹੋ ਜਿਹਾ ਹੁੰਦਾ ਹੈ ਪੂਰੇ ਲਾ ਲਾ ਬਸ ਚੱਲ ਹਾਂਜੀ ਹੁਣ ਆਪਣਾ ਕੰਮ ਇੱਥੋਂ ਦਾ ਹੋ ਗਿਆ ਕੰਪਲੀਟ ਆਪਾਂ ਫਾਈਨਲੀ ਸਾਰਾ ਸਮਾਨ ਲੈ ਲਿਆ ਅਤੇ ਹੁਣ ਸੱਚੀ ਫਾਈਨਲੀ ਕੰਪਲੀਟ ਹੋਇਆ ਹੁਣ ਆਪਾਂ ਪਿੰਡ ਜਾ ਰਹੇ ਹਾਂ ਅਤੇ ਇਦੂ ਬਾਅਦ ਕੋਈ ਐਕਸਕਿਊਜ਼ ਨਹੀਂ ਸੱਚੀ ਜਾ ਰਹੇ ਹਾਂ ਹੁਣ ਚਲੋ ਉੱਥੇ ਜਾ ਕੇ ਮਿਲਦੇ ਹਾਂ ਦੇ ਕੰਮ ਇਹਨੇ ਸੈੱਟ ਤਾਂ ਡੱਬਾ ਥੱਲੇ ਹੁਣ ਇਹਨੂੰ ਚੱਕਣ ਆਈ ਹਾਂ ਦਰਸ਼ਨ ਸ਼ਾਬਾਸ਼ ਕਿੱਥੋਂ ਸਿੱਟਿਆ ਖਾਏ ਡੰਨ ਮਠਿਆਈ ਦੇਖ ਲਾ ਵਿੱਚੋਂ ਨਹੀਂ ਉਹ ਖਾ ਵੈਰੀ ਗੁੱਡ ਬਹਿ ਜਾ ਹੁਣ ਮੈਨੂੰ ਫੜਾ ਦੇ ਜਾਂ ਤਾਂ ਗੋਦੀ 'ਚ ਰੱਖ ਲੈਂਦੀ ਹਾਂ ਦਰਸ਼ਨ ਦੇ ਪਿੰਡ ਪਹੁੰਚ ਚੁੱਕੇ ਹਾਂ ਲੈ ਬਈ ਮੋਟਰ ਹੀ ਬੜੀ ਘੈਂਟ ਬਣਾਈ ਆ ਰਾਹ 'ਚ ਕਿਸੇ ਨੇ ਹੈਂ ਛਤਰੀਆਂ ਛੁਤਰੀਆਂ ਲਾਈਆਂ ਉੱਤੇ ਹੈ ਨਾ ਘੈਂਟ ਬਣਾਈ ਹੋਈ ਇੱਥੇ ਫੋਟੋ ਸ਼ੂਟ ਕਰਕੇ ਚੱਲੀਏ ਜਿੰਦਾ ਲੱਗਿਆ ਟੱਪ ਜਾਵਾਂਗੇ ਆਹੋ ਚਲੋ ਕਹਿੰਦੇ ਦਰਸ਼ਨ ਕਹਿੰਦੇ ਟੱਪਿਆ ਜਾਊਗਾ ਟੱਪ ਕੇ ਆਉਂਦੇ ਹੋਏ ਕਰਕੇ ਜਾਵਾਂਗੇ ਸੋ ਚਲੋ ਬਈ ਪਹੁੰਚ ਗਏ ਪਿੰਡ ਦਰਸ਼ਨ ਠਾਰ ਠਾਰ ਕੇ ਲੈ ਕੇ ਆਈਏ ਚੰਗੀ ਤਰ੍ਹਾਂ ਕੱਲ੍ਹ ਵੀ ਜਵਾ ਕੇ ਮੇਰੀ ਉਹਨੇ ਨੇ ਖਾ ਜਾਣੀ ਆ ਸੋ ਫਾਈਨਲੀ ਹਾਏ ਹਾਏ ਪਹੁੰਚ ਹੀ ਗਏ ਅੰਕਲ ਇੱਧਰ ਲਾ ਗੇਟ ਖੋਲਣਾ ਇਹਦੇ 'ਚ ਵੜ ਜਾਵੀ ਓਹੋ ਚੱਲ ਆ ਜਾ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਅੰਕਲ ਠੀਕ ਆ ਅੱਛਾ ਇਹ ਬੰਨਿਆ ਹੋਇਆ ਹਾਂਜੀ ਚਲੋ ਜੀ ਵਾਹ ਦਰਸ਼ਨ ਨੇ ਤਾਂ ਡੈਕੋਰੇਸ਼ਨ ਹੀ ਬੜੀ ਸੋਹਣੀ ਕੀਤੀ ਆ ਹਾਏ ਦਰਸ਼ਨ ਅੱਛਾ ਕਾਫੀ ਐਵੇਂ ਕੱਲ੍ਹ ਦਾ ਐਂ ਖਿਲਾ ਰਿਹਾ ਪਿਆ ਸਾਰਾ ਸਮੈਲ ਚਲੋ ਵੀ ਹੁਣ ਅਸੀਂ ਇੱਥੇ ਡੈਕੋਰੇਸ਼ਨ ਕਰਾਂਗੇ ਫਿਰ ਜਨਰੇਟਰ ਬੰਦ ਕੀਤਾ ਬੈਲੂਨ ਦੀ ਰਸਮ ਦੀ ਚਲੋ ਬੈਲੂਨ ਭਰਦੇ ਆ ਅਸੀਂ ਗਾਈਸ ਦੇਖੋ ਇਹ ਸਾਡੀ ਚੱਲ ਰਹੀ ਆ ਤਿਆਰੀ ਇੱਧਰ ਚੱਲ ਰਹੀ ਆ ਆਹ ਅਸੀਂ ਥੋੜ੍ਹੇ ਜਿਹੇ ਬੈਲੂਨਸ ਲਾਏ ਆ ਹਜੇ ਬਾਕੀ ਅਸੀਂ ਚੱਲ ਰਹੇ ਹਾਂ ਦੇਖਦੇ ਹਾਂ ਵੀ ਕਿੱਥੇ ਤੱਕ ਕਿੰਨੀ ਕੁ ਡੈਕੋਰੇਸ਼ਨ ਆਪਾਂ ਕਰ ਪਾਉਂਦੇ ਹਾਂ ਫਿਰ ਤੁਸੀਂ ਸਾਨੂੰ ਬੁੱਕ ਕਰ ਸਕਦੇ ਹੋ ਹੈਸ਼ਟੈਗ ਦਰਸ਼ਨ ਹਰਮਨ ਹੈਸ਼ਟੈਗ ਬਣਾਈ ਹੈਸ਼ਟੈਗ ਨਹੀਂ ਹੈਸ਼ਟੈਗ ਦਰਸ਼ਨ ਹਰਮਨ ਥੈਂਕ ਯੂ ਸੋ ਮਚ ਇਹਦੇ 'ਚ ਯਾਰ ਘੈਂਟ ਆ ਨਾ ਬੁੱਕੇ ਅਸੀਂ ਬੁੱਕੇ ਆਹ ਕੀਤਾ ਸੀਗਾ ਕਿਉਂਕਿ ਆਹ ਮੈਨੂੰ ਜ਼ਿਆਦਾ ਸੋਹਣਾ ਲੱਗਿਆ ਵੈਸੇ ਹੈ ਨਾ ਰੀਅਲੀ ਲੱਗ ਰਿਹਾ ਵੈਸੇ ਨਾਈਸ ਜਿਹਦੇ 'ਚ ਪਰਫਿਊਮ ਛਿੜਕ ਦਈਏ ਇਹਨੂੰ ਥੋੜ੍ਹਾ ਜਿਹਾ ਸਹੀ ਵੀ ਰੱਖ ਹੈ ਨਾ ਘੈਂਟ ਆ ਨਾ ਚੀਜ਼ ਹਾਂ ਕਿੱਥੇ ਉਹ ਲਾ ਤਾ ਆਹਾਂ ਬੜਾ ਹੌਲਾ ਯਾਰ ਇਹ ਤਾਂ ਮੈਨੂੰ ਤਾਂ ਲੱਗਿਆ ਥੋੜਾ ਹਾਰਡ ਜਿਹਾ ਹੋਊਗਾ ਲਾਉਣਾ ਕਾਹਦੇ ਨਾਲ ਟੇਪਾਂ ਨਾਲ ਦਿਖਾ 60 ਰੁਪਏ ਦਾ ਲਾਇਆ ਉਹਨੇ ਹਨਾ ਅਸੀਂ ਤੁਹਾਨੂੰ ਦੇਖੋ ਨਾਲ ਨਾਲ ਪ੍ਰਾਈਸ ਵੀ ਦੱਸ ਸੇਮ ਆਈ ਥਿੰਕ ਸੋ ਵੱਡਾ ਯਾ ਨਹੀਂ ਤਾਂ ਦਰਸ਼ਨ ਨੇ ਫੜ ਲੈਣਾ ਸੀ ਜਾ ਕੇ ਸਿਹਰਾ ਬਾਂਧ ਕੀ ਸਾਜਨ ਤੂੰ ਮੇਰੇ ਘਰਿਆ ਨਾ ਦਰਸ਼ਨ ਦਾ ਜੇ ਹੋਰ ਹੀ ਸਿਹਰਾ ਬਣਿਆ ਯਾ ਹੁਣ ਆਪਾਂ ਇਹਨੂੰ ਐਵੇਂ ਕਰਾਂਗੇ ਐਵੇਂ ਹਾਫ ਇੱਧਰ ਹਾਫ ਉੱਧਰ ਫਿਰ ਸਹੀ ਲੱਗੂਗਾ ਹੈ ਨਾ ਯਾ ਹਾਂ ਸੋਹਣੀ ਚੀਜ਼ ਹੈ ਨਾ ਮੈਂ ਕਿਹਾ ਸੀ ਨਾ ਲੈ ਲਾ ਵਧੀਆ ਲੱਗੂਗੀ ਜੇ ਇਹਦੇ 'ਚ ਆਪਾਂ ਦੂਜੀ ਲਾਈਟ ਲਾ ਸਕਦੇ ਹੋਈਏ ਕਿੰਨੀ ਸੋਹਣੀ ਲੱਗੂਗੀ ਓਏ ਹੈਗੀ ਆ ਜਿਹੜੀ ਉਹ ਐਵੇਂ ਐਵੇਂ ਕਰਦੀ ਹੁੰਦੀ ਆ ਲਾਈਟ ਮੈਨੂੰ ਲੱਗਦਾ ਵੀ ਆਹ ਐਮ ਆ ਅਤੇ ਆਹ ਡਬਲਿਊ ਆ
क्योंकि ये आ नहीं रहा, ये थले आ पैर। ओए हेलो, आ तेरा वेलकम बना के रखा होया सी, वेलकम तेरा उम्मीद रखा होया सी बनाने बना के। मेनू लगता भी वो डबल्यू आ ते दूजा एम आ, भी जेड़ा तू रखा होया सी ना वेलकम लैक के, भी ओ ड उरे आ, फिर उरे आ, देख की गड़बड़ा इहदी। आ देख एदे सिर ते आ ना, आ ये सिर ते होना चाहिए है ना, ते आहा एदे पैरां च आ, मतलब फिर आ ता इत्थे ता आना नहीं हैगा, ठीक है, ये उत्ते जाना वा, फिर आहा डबल्यू होगा, ओ एम होगा, सिर ते जाऊगा ना फिर, पर ओ फिर ओदे 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 दोवें पासे आ, फिर की करना, ए नहीं आ, एदे नहीं हैगा, एदे थल्ले ही आ, हां देख थल्ले ही दोवें पासे आ, थल्ले ही आ, ਉੱਤੇ ਨਹੀਂ ਹੈਗਾ। ਉਹਨੂੰ ਫਿਰ ਚੇਂਜ ਕਰ ਦਈਏ, ਚੇਂਜ ਕਰ ਦੇ ਫਿਰ, ਆਏ ਕੀ ਹੁੰਦਾ, ਐਂਦਾ ਕੁਛ ਨਹੀਂ, ਦੇਖ ਆ ਐਮ ਹੋਊਗੀ, ਉਹ ਡਬਲਯੂ ਹੋਊਗਾ, ਆ ਡਬਲਯੂ, ਆ ਡਬਲਯੂ ਹੀ ਹੋਊਗਾ, ਉਹੀ ਮੈਂ ਕਿਹਾ, ਆ ਐਮ ਆ ਨਾ, ਇਹ ਐਮ ਆ ਤੇਰਾ ਜਿਵੇਂ ਰੱਖਿਆ ਸੀ ਮੈਂ ਉਹ, ਚੱਲ ਚੱਲ ਇਹਨੂੰ ਚੇਂਜ ਕਰ ਲੈਂਦੇ ਆ। ਉਹਨੇ ਬਣਾਈ ਆ ਮੈਗੀ, ਹੁਣ ਆਪਾਂ ਮੈਗੀ ਖਾਂਦੇ ਹਾਂ, ਫਿਰ ਉਸ ਤੋਂ ਬਾਅਦ ਮਿਲਦੇ ਹਾਂ। ਫਲਾ ਤੇ ਗੱਠਾਂ ਵੀ ਦੇ ਦੀਆਂ ਤੁਸੀਂ, अंकल ने अद्धी हेल्प की। राइट कले थोड़ी तो हरा आ रख दे, मैं खोला थोड़ी चाहिए ऊपर, थोड़े थोड़े रख दे बस, आ ही रख दे, हाँ नहीं कोई नहीं, किसी ने नहीं, आजू हाथ चेयर रख लैदे उपर, मैं कहनी थोड़े थोड़े रख, बाले तो लोड़ नहीं दर्शन, मेरी गल सुन, पर रहन दे, पहला मैं कहंदी सी माड़ा एक्सपेरिमेंट करके देख लैंदी, थले खंडारा हो जाना, हाँ खिलर जाने, मेनू नहीं लगता भी थले आउणगे, तेनू लगदा? चल चल नी खड़ा ला इहनू। बस एक रह गया, चल हजे गुहारे भी लाने, फिर डिग गए दो, आए मेरे रब्बा, इन्हें दोनों जने ने जिन्ना दुखी किया सामने वाले ने, यह गिरी गए। बाकी सारी डेकोरेशन हो गई ऑलमोस्ट या ते, आ मैं ते अंकल ने लाए गुब्बारे पिछले, चलो एंड दीज आर द बुके रोजेज साढ़े वधिया ना, आ सोहना लग्या पर मैनू रियल नालो, है ना, है ना, हाँ ये सही रहिंदा, नाले बंदा फिर भी यूज करता है ना, वैसे रियल ही लग रहा है भी। केक दी ना अब कढ़ना पऊगा, जम गया, किन्ना गिला हो गया यार, ये केक दी प्लेट हैगी आ, काढ़े नू विचों काढ़, फिर बच नहीं रखना, बच रख दी दोबारे ना, काढ़ ही देना बीरे दे आउण तों पहले ही रखेगी केक, तां लिया के बाद च लिया के बाद च रखांगे, क्योंकि आहा उपर पौधा, कोई ना काढ़ तां सही, तू काढ़ इक वारी, चक चक रख इत्थे इहदे आसे पासे ना, ए फ्लावरिंग नाल मैं कहनी आ भी एवें एवें कर, छे छे दी कर नाल दी नाल, एवें एवें साइड ते सजा दिंदे, बाद च प्लेट बाद च रख दी ना, समझ गई गल मेरी, सोहणे लगणगे ना एवें, हाँ किन्नी घैंट ना, थोड़े जे वध ही पा दे रंगोली लई, तू तोड़ लिया आपदे, एक ते ही करना कि दोनों ते करना वा, एक ते आही केक कटाउणा गा, ओही आ जिहड़ा कटाउणा गा, आही कटाउणा बस, दूजा ऊं रख लांगे, फिर ओह बस सोहणा लगदा ना, हाँ ठीक है ना, किन्ना घैंट लगदा, माड़े माड़े गुलाब दियां पत्तियां सैट, माड़ियां पत्तियां नहीं, इहदे च फुल जे पए आ, फली रखने रख दे, चल चार कर दे, नहीं दर्शन चार कर दे, सही नहीं गा सीक्वेंस, हाँ बस ठीक है ना, सटना बहुत है ना, फुल बहुत, चल ओके डन, कल पत्तियां कर, हम फुल ना रखी, दूर दूर खंडा दे, माड़े माड़े आई ना रख, हाँ जी मैं किते किते माड़े माड़े ना, एवें खंडा ਵੀ ਭੈਣਾਂ ਨੂੰ ਕਿੰਨਾ ਚਾਅ ਹੁੰਦਾ ਭਰਾਵਾਂ ਦਾ ਨਾ, ਹਾਂ ਯਾਰ, ਅਰੇ ਵਾਹ
मैं तो डेकोरेशन का काम ही संभालना था आ छड़ दे ब्लॉगर ए भी नाल चलू तेनू नाल लेके जाया करूंगी चलो जी आ फुल रह गया फोन नहीं नहीं इन कर देना माड़ा माड़ा होर बस ओके है ना उधर थोड़ी जी कमी आ खूंजिया खांजिया माड़ा मोटा दे या गुड गर्ल आ जा हुण बाहरली डेकोरेशन देख लिए फिर इत्थों झाड़ू ला ली बाद च आपदा आ जा उत्थे फोटो हाँ फेक चक साडी डेकोरेशन कंप्लीट आ ऑलमोस्ट ते बाकी हाँ साड़ी सारी डेकोरेशन कंप्लीट हो गई है चलो जी तो एक असी स्पेशल चीज़ की इतने केक के विचाले ये सोचा सी भी एवें रखांगे तो इतने केक आ जूगा बहुत सोहनी चीज़ लगती होगी तो चलो जी जे किसी ने बुक करना मैं कर सकता डेकोरेशन लिए मैं कर दूंगी चलो जी ये हो गया कंप्लीट या लुकिंग गुड हाँ जी वीरे दी हो रही है एंट्री हम देखते हैं आप चल मामे पास हो गुरलीन गड्डी अंदर ला लो बस अच्छा चैनल सबसक्राइब वीडियो कर शेयर लाइक कमेंट करके जरूर दस्यो या वीडियो कैसी लगी ते मिलते हैं तुहानू नेक्स्ट ब्लॉग च बाय बाय।